ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਕੀ ਖੜਕੂ ਸੰਘਰਸ਼ ਕੀ ਭਾਗ ਨੰਬਰ 20 ਆਪਾਂ ਤੁਹਾਡੇ ਰੂਬਰੂ ਕਰਨਾ ਸੋ ਇਹਦੇ ਵਿੱਚ ਇੱਕ ਮਾਸਟਰ ਜੀ ਦੀ ਕਹਾਣੀ ਹੈ ਸੋ ਵੀਡੀਓ ਸਾਰੀ ਸੁਣਨਾ ਧਿਆਨ ਨਾਲ ਤੇ ਅੱਗੇ ਜਰੂਰ ਸ਼ੇਅਰ ਕਰਨਾ ਸੋ ਇਹ ਸਿੰਘ ਕੋਈ 45 ਸਾਲ ਦਾ ਗੁਰਸਿੱਖ ਸਕੂਲ ਮਾਸਟਰ ਸੀ ਜੋ ਤਰਨਤਾਰਨ ਦੇ ਕਿਸੇ ਪਿੰਡ ਦੇ ਵਿੱਚ ਪੜਾਉਂਦਾ ਸੀ ਉਹਦਾ ਪਿੰਡ ਵੀ ਇਸ ਜ਼ਿਲ੍ਹੇ ਵਿੱਚ ਹੀ ਪੈਂਦਾ ਸੀ ਤਾਂ ਮੈਨੂੰ ਉਹਦਾ ਨਾਂ ਪਤਾ ਨਹੀਂ ਕਿਉਂਕਿ ਸਾਰੇ ਉਸ ਨੂੰ ਮਾਸਟਰ ਜੀ ਹੀ ਕਹਿੰਦੇ ਸਨ ਉਹ ਬੜੇ ਨਰਮ ਅਤੇ ਮਿੱਠ ਬੋਲੜੇ ਸੁਭਾਅ ਦੇ ਸਨ ਉਹਨੂੰ ਕੁਝ ਸਮਾਂ ਮਿਲਣ ਤੋਂ ਬਾਅਦ ਹਰ ਕੋਈ ਉਹਨੂੰ ਚਾਹਣ ਲੱਗ ਜਾਂਦਾ ਸੀ ਉਹਦੇ ਵਿੱਚ ਆਪਾ ਭਾਅ ਵਾਲੀ ਕੋਈ ਚੀਜ਼ ਨਹੀਂ ਸੀ ਉਹਦਾ ਸਾਰਾ ਸਰੀਰ ਹੀ ਜਿਵੇਂ ਸੇਵਾ ਕਰਨ ਨੂੰ ਬਣਿਆ ਸੀ ਉਹਦਾ ਪਰਿਵਾਰ ਤੇ ਬੱਚੇ ਸਨ ਤੇ ਘਰ ਦੀ ਹਾਲਤ ਵੀ ਚੰਗੀ ਸੀ ਬੱਚਿਆਂ ਨੂੰ ਪੜਾਉਣ ਦੇ ਨਾਲ ਨਾਲ ਉਹ ਸ਼ੁਰੂ ਤੋਂ ਹੀ ਧਾਰਮਿਕ ਅਤੇ ਸਮਾਜਿਕ ਸੇਵਾ ਲਈ ਮਸ਼ਹੂਰ ਸੀ ਜਦੋਂ ਤੋਂ ਸੰਤ ਜੀ ਨੇ ਕਹਿ ਲਈਏ ਬਈ 1978 ਵਿੱਚ ਆਪਣੇ ਆਪ ਨੂੰ ਜ਼ਾਹਰ ਕੀਤਾ ਉਹ ਉਹਨਾਂ ਦਾ ਸੇਵਕ ਹੋ ਗਿਆ ਇਸ ਤੋਂ ਅੱਗੇ ਉਹ ਸਿੰਘਾਂ ਦੀ ਸੇਵਾ ਕਰਨ ਲੱਗ ਪਿਆ 84 ਤੋਂ ਪਹਿਲਾਂ ਹੀ ਪੁਲਿਸ ਨੇ ਉਹਦੇ ਉੱਤੇ ਤਸ਼ੱਦਦ ਕੀਤਾ ਸੀ ਅਤੇ ਜੇਲ੍ਹ ਭੇਜਿਆ ਸੀ 84 ਦੇ ਹਮਲੇ ਸਮੇਂ ਉਹਨੇ ਇਲਾਕੇ ਦੀਆਂ ਸੰਗਤਾਂ ਸਮੇਤ ਦਰਬਾਰ ਸਾਹਿਬ ਸ਼੍ਰੀ ਅਮਰਸਰ ਵੱਲ ਕੂਚ ਕੀਤਾ ਸੀ ਰਾਹ ਦੇ ਵਿੱਚ ਫੌਜ ਨੇ ਗੋਲੀ ਚਲਾ ਕੇ ਕੁਝ ਸਿੰਘ ਸ਼ਹੀਦ ਕਰ ਦਿੱਤੇ ਅਤੇ ਬਾਕੀਆਂ ਨੂੰ ਖੰਡਾ ਦਿੱਤਾ ਸੀ ਉਹ ਫੇਰ ਵੀ ਡਾਢੇ ਔਖੇ ਅਤੇ ਭੀੜੇ ਕੱਚੇ ਰਾਹਾਂ ਤੋਂ ਹੁੰਦਾ ਹੋਇਆ ਸ਼੍ਰੀ ਅਮਰਸਰ ਦੀ ਜੂ ਤੱਕ ਪਹੁੰਚ ਗਿਆ ਜਿੱਥੇ ਫੌਜ ਨੇ ਉਹਨੂੰ ਫੜ ਲਿਆ ਤੇ ਫੌਜੀ ਜੇਲ੍ਹ ਵਿੱਚ ਭੇਜ ਦਿੱਤਾ ਜੇਲ੍ਹ ਤੋਂ ਬਾਹਰ ਆ ਕੇ ਉਹ ਮਹਿਤਾ ਚੌਂਕ ਗਿਆ ਅਤੇ ਦਰਬਾਰ ਸਾਹਿਬ ਗਿਆ ਉਨੇ ਬਚੇ ਹੋਏ ਸਿੰਘਾਂ ਨੂੰ ਲੱਭਿਆ ਆਪ ਦੇ ਵਿੱਚ ਮਿਲਾਇਆ ਅਤੇ ਉਹਨਾਂ ਦੇ ਅੱਗੇ ਤੁਰਨ ਲਈ ਇੱਕ ਮਾਹੌਲ ਬਣਾਇਆ ਤਾਂ 1984 ਦੇ ਅਖੀਲੇ ਮਹੀਨਿਆਂ ਤੋਂ ਹੀ ਉਹ ਲਗਾਤਾਰ ਭਗੌੜੇ ਸਿੰਘਾਂ ਨੂੰ ਹੀ ਲੱਭਦਾ ਸੰਭਾਲਦਾ ਅਤੇ ਇਕੱਠੇ ਕਰਦਾ ਰਿਹਾ ਉਸ ਦੇ ਕੋਲ ਸਾਰਿਆਂ ਟਕਸਾਲ ਦੇ ਸਿੰਘ ਫੈਡਰੇਸ਼ਨ ਵਾਲੇ ਬੱਬਰਾਂ ਅਤੇ ਨਵੇਂ ਉੱਠ ਰਹੇ ਸਿੰਘਾਂ ਦਾ ਆਉਣ ਜਾਣ ਸੀ ਉਹ ਸਾਰਿਆਂ ਦਾ ਹੀ ਸੀ ਹਰ ਕੋਈ ਉਸ ਉੱਤੇ ਵਿਸ਼ਵਾਸ ਕਰਦਾ ਸੀ ਅਤੇ ਹਰ ਕੋਈ ਉਹਨੂੰ ਆਪਣਾ ਸਮਝਦਾ ਸੀ ਪਹਿਲਾਂ ਪਹਿਲਾਂ ਤਾਂ ਸਿੰਘ ਉਹਦੇ ਪਿੰਡ ਹੀ ਰਹਿੰਦੇ ਸਨ ਪਰ ਉਹ ਪਹਿਲਾਂ ਹੀ ਪੁਲਿਸ ਦੀ ਨਿਗਾਹ ਵਿੱਚ ਸੀ ਇਸ ਕਰਕੇ ਉਹਨੇ ਹੋਰ ਥਾਂਾਂ ਉੱਤੇ ਸਿੰਘਾਂ ਲਈ ਠਾਰਾ ਬਣਾਈਆਂ ਸਨ ਅਤੇ ਉਹਨਾਂ ਨੂੰ ਅਲੱਗ-ਅਲੱਗ ਥਾਂ ਉੱਤੇ ਠਾਰਾ ਦਿੰਦਾ ਸੀ ਇੱਕ ਵਾਰ ਕਹ ਲਈਏ ਵੀ 1987 ਵਿੱਚ ਉਹ ਮੈਨੂੰ ਪੱਟੀ ਵਿਖੇ ਭਾਉ ਲਾਭ ਸਿੰਘ ਨਾਲ ਮਿਲਿਆ ਤੇ ਗੱਲਾਂ ਗੱਲਾਂ ਵਜੋਂ ਦੱਸਿਆ ਕਿ ਇਸ ਵਕਤ ਪੱਟੀ ਤੇ ਇਹਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੱਖ-ਵੱਖ ਜਥੇਬੰਦੀਆਂ ਦੇ 50 ਦੇ ਕਰੀਬ ਸਿੰਘ ਵੱਖ-ਵੱਖ 18 ਉੱਤੇ ਟਿਕੇ ਹੋਏ ਨੇ ਮੇਰੇ ਨਾਲ ਉਹਨੇ ਆਪਣਾ ਇਹ ਤੌਖਲਾ ਸਾਂਝਾ ਕੀਤਾ ਕਿ ਇਹ ਇੱਕ ਵੱਡੇ ਖਤਰੇ ਵਾਲੀ ਗੱਲ ਹੈ ਕਿ ਮੈਨੂੰ ਇੰਨੇ ਸਿੰਘਾਂ ਦਾ ਇੱਕੋ ਸਮੇਂ ਪਤਾ ਹੈ ਕੀ ਪਤਾ ਮੈਂ ਕੱਲੋਂ ਨਾ ਨਿਭਾ ਸਕਾਂ ਹਾਂਜੀ ਉਹਨੇ ਦੱਸਿਆ ਕਿ ਮੈਂ ਬਹੁਤ ਵਾਰ ਸਿੰਘਾਂ ਨੂੰ ਕਹਿੰਦਾ ਹਾਂ ਕਿ ਮੈਨੂੰ ਆਪਣੇ ਟਿਕਾਣਿਆਂ ਬਾਰੇ ਨਾ ਦੱਸਿਆ ਕਰੋ ਪਰ ਉਹ ਫੇਰ ਵੀ ਮੈਨੂੰ ਵਕ ਵਕ 18 ਉੱਤੇ ਸਾਥੀਆਂ ਨੂੰ ਬੁਲਾਉਣ ਜਾਂ ਸਨੇਹਾ ਦੇਣ ਲਈ ਭੇਜ ਦਿੰਦੇ ਨੇ ਇਸ ਤਰ੍ਹਾਂ ਮੇਰੇ ਕੋਲ ਟਿਕਾਣਿਆਂ ਦੀ ਜਾਣਕਾਰੀ ਆਪੇ ਵੱਧ ਹੀ ਰਹਿੰਦੀ ਹੈ ਉਹ ਆਪਣੇ ਕੋਲ ਇੱਕ ਝੋਲਾ ਰੱਖਦਾ ਸੀ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਹੁੰਦੀਆਂ ਸਨ ਉਹਦੇ ਕੋਲ ਸਦਾ ਹੀ ਸਿੰਘਾਂ ਲਈ ਕੁਝ ਪੈਸੇ ਵੀ ਹੁੰਦੇ ਸਨ ਉਹ ਆਪ ਵੀ ਦਸਬੰਧ ਕੱਢਦਾ ਸੀ ਅਤੇ ਹੋਰ ਲੋਕੀ ਵੀ ਉਹਨੂੰ ਆਪਣਾ ਦਸਬੰਧ ਦਿੰਦੇ ਸਨ ਪੁਲਿਸ ਵਾਲੇ ਸਹੀ ਰੂਪ ਵਿੱਚ ਉਹਨੂੰ ਖਾੜਕੂਆਂ ਦੀ ਮਾਂ ਕਹਿੰਦੇ ਹੁੰਦੇ ਸਨ ਉਹ ਮਾਂ ਵਾਂਗ ਹੀ ਭਗੌੜੇ ਸਿੰਘਾਂ ਦੀ ਹਰ ਤਰ੍ਹਾਂ ਮਦਦ ਕਰਦਾ ਸੀ ਠਹਰ ਬਣਾ ਕੇ ਦੇਣੀ ਪੈਸੇ ਅਤੇ ਦਵਾਈ ਦਾਰੂ ਦੇਣੀ ਸਿੰਘਾਂ ਦਾ ਸਨੇਹਾ ਦੇਣਾ ਜੇਲ੍ਹ ਵਿੱਚ ਅਤੇ ਸਿੰਘਾਂ ਦੇ ਪਰਿਵਾਰਾਂ ਨੂੰ ਮਦਦ ਪਹੁੰਚਾਉਣੀ ਤਾਂ ਸਾਰੇ ਇਲਾਕੇ ਦੇ ਪਤਵੰਤੇ ਲੋਕਾਂ ਅਫਸਰ ਸ਼ਾਹੀ ਅਤੇ ਪੁਲਸ ਨੂੰ ਇਹ ਪਤਾ ਸੀ ਕਿ ਉਹ ਸਿੰਘਾਂ ਦਾ ਪੱਕਾ ਬੰਦਾ ਹੈ ਅਤੇ ਉਹਦੀ ਗੱਲ ਮੰਨੀ ਜਾਂਦੀ ਸੀ ਸਾਰੇ ਇਲਾਕੇ ਵਿੱਚ ਉਹਦੀ ਬੜੀ ਇੱਜ਼ਤ ਸੀ ਅਤੇ ਹਰ ਤਰ੍ਹਾਂ ਦੇ ਲੋਕ ਉਸ ਕੋਲ ਕੰਮ ਲਈ ਆਉਂਦੇ ਸਨ ਉਹ ਕਿਸੇ ਨੂੰ ਮੋੜਦਾ ਨਹੀਂ ਸੀ ਉਹ ਰਾਜੀ ਨਾਮਿਆਂ ਵਿੱਚ ਵੀ ਜਾਂਦਾ ਸੀ ਸੋ ਇਲਾਕੇ ਦੇ ਅਫਸਰ ਅਤੇ ਪਤਵੰਤੇ ਵੀ ਉਸ ਕੋਲ ਆਪਣੀ ਸਿਫਾਰਿਸ਼ ਪਾਉਣ ਆਉਂਦੇ ਸਨ ਪਰ ਇਸ ਇੱਜ਼ਤ ਸਨਮਾਨ ਦੇ ਨਾਲ ਦੂਜਾ ਪੱਖ ਵੀ ਜੁੜਿਆ ਹੋਇਆ ਸੀ ਜਦੋਂ ਵੀ ਸਰਕਾਰ ਦਾ ਦਬਾਅ ਪੈਂਦਾ ਜਾਂ ਕੋਈ ਵਾਰਦਾਤ ਹੋ ਜਾਂਦੀ ਜਾਂ ਪੁਲਿਸ ਅਫਸਰਾਂ ਦਾ ਪਾਰਾ ਚੜ ਜਾਂਦਾ ਤਾਂ ਸਭ ਤੋਂ ਪਹਿਲਾਂ ਉਹਨੂੰ ਹੀ ਚੁੱਕਿਆ ਜਾਂਦਾ ਸੀ ਕਈ ਵਾਰ ਛੇਤੀ ਛੱਡ ਦਿੰਦੇ ਕਈ ਵਾਰ ਕਈ ਦਿਨ ਫਿਰ ਥਾਣੇ ਰੱਖਦੇ ਅਤੇ ਕਈ ਵਾਰ ਜੇਲ੍ਹ ਵੀ ਭੇਜ ਦਿੰਦੇ ਅਨੇਕਾਂ ਵਾਰ ਵਕ ਵਕ ਵਾਰਦਾਤਾ ਕਰਕੇ ਉਸ ਉੱਤੇ ਬਹੁਤ ਤਰੀਕਿਆਂ ਦੇ ਨਾਲ ਤਸ਼ੱਦਦ ਹੋਇਆ ਪਰ ਉਹ ਬੜੀ ਛਿੱਦਤ ਨਾਲ ਕੁੱਟ ਖਾਂਦਾ ਸੀ ਅਤੇ ਕਦੀ ਵੀ ਸੰਘਰਸ਼ ਬਾਰੇ ਕੋਈ ਭੇਦ ਨਹੀਂ ਸੀ ਦੱਸਦਾ ਤਾਂ ਇੱਕ ਵਾਰ ਅਸੀਂ ਸ੍ਰੀ ਅੰਮ੍ਰਿਤਸਰ ਦੇ ਵਿੱਚ ਭਾਉ ਲਾਭ ਸਿੰਘ ਕਮਰਜੀਤ ਸਿੰਘ ਸੁਲਤਾਨਪਿੰਡ ਬਾਬਾ ਬਲਵਿੰਦਰ ਸਿੰਘ ਕਾਰ ਸੇਵਾ ਕੇਸੀਐਫ ਅਤੇ ਕੁਝ ਹੋਰ ਸਿੰਘ ਇਕੱਠੇ ਸਾਂ ਤਾਂ ਭਾਉ ਨੇ ਉਸ ਨੂੰ ਬੁਲਾ ਲਿਆ ਉਹ ਕਦੀ ਨਹੀਂ ਹੋਇਆ ਇਹ ਕਦੀ ਨਹੀਂ ਹੋਇਆ ਕਿ ਤੁਸੀਂ ਉਹਨੂੰ ਬੁਲਾਓ ਤੇ ਉਹ ਨਾ ਆਵੇ ਚਾਹ ਪਾਣੀ ਪੀਣ ਤੋਂ ਬਾਅਦ ਪਾਉਨੇ ਉਹਨੂੰ ਪੁੱਛਿਆ ਕਿ ਇਸ ਵਾਰ ਕਿਵੇਂ ਰਹਾ ਉਹ ਤਾਜ਼ਾ ਤਾਜ਼ਾ ਹੀ 2 ਹਫ਼ਤੇ ਪੁਲਿਸ ਤਸ਼ੱਦਦ ਸਹਿ ਕੇ ਆਇਆ ਸੀ ਅਤੇ ਹਾਲੇ ਉਹ ਚੰਗੀ ਤਰ੍ਹਾਂ ਤੁਰਿਆ ਜਾ ਉਹਦੇ ਕੋਲ ਬੈਠੇ ਵੀ ਨਹੀਂ ਸੀ ਜਾਂਦਾ ਉਹਦੇ ਪੈਰ ਸੁੱਜੇ ਹੋਏ ਸਨ ਅਤੇ ਅੱਖਾਂ ਵੀ ਸੁੱਜੀਆਂ ਹੋਈਆਂ ਸਨ ਪਰ ਉਹਦੀ ਜ਼ੁਰਤ ਵਿੱਚ ਕੋਈ ਫਰਕ ਨਹੀਂ ਸੀ ਪਿਆ ਉਹ ਹੱਸ ਪਿਆ ਅਤੇ ਕਹਿਣ ਲੱਗਿਆ ਕਿ ਵਧੀਆ ਮਜ਼ਾਕ ਕਰਦੇ ਹੋ ਫਿਰ ਕਹਿਣ ਲੱਗਾ ਇਸ ਵਾਰ ਤਾਂ ਮੈਨੂੰ ਲੱਗਦਾ ਸੀ ਕਿ ਸ਼ਾਇਦ ਮਾਰ ਦੇਣਗੇ ਪਰ ਫਿਰ ਤੀਰ ਵਾਲੇ ਬਾਬੇ ਦੀ ਕਿਰਪਾ ਹੋ ਗਈ ਜਨਰਲ ਲਾਭ ਸਿੰਘ ਨੇ ਉਹਦੇ ਬਾਰੇ ਕਿਹਾ ਕਿ ਇਹ ਸਾਡਾ ਇਹੋ ਜਿਹਾ ਸੂਰਮਾ ਹੈ ਕਿ ਇਹਦੇ ਕੋਲ ਜੋ ਮਰਜ਼ੀ ਸਮਾਨ ਆਮਾਨਤ ਰੱਖ ਦਿਓ ਤੇ ਭਾਵੇਂ 100 ਸਾਲ ਬਾਅਦ ਉਸੇ ਤਰ੍ਹਾਂ ਵਾਪਸ ਲੈ ਲਿਓ ਇਸ ਵਾਰ ਵੀ ਉਸ ਕੋਲ ਕਾਫੀ ਜ਼ਿਆਦਾ ਹਥਿਆਰ ਪਿਆ ਸੀ ਜੋ ਜਨਰਲ ਲਾਭ ਸਿੰਘ ਉਹਨੂੰ ਉਸੇ ਦਿਨ ਦੇਖ ਕੇ ਗਿਆ ਸੀ ਜਿਸ ਦਿਨ ਉਹ ਫੜਿਆ ਗਿਆ ਸੀ ਕਮਰਜੀਤ ਸਿੰਘ ਨੇ ਬੜੀ ਫਿਕਰ ਨਾਲ ਕਿਹਾ ਕਿ ਮਹਾਂਤਰ ਜੀ ਤੀਰ ਵਾਲਾ ਬਾਬਾ ਕਿੰਨੇ ਕੁ ਵਾਰ ਕਿਰਪਾ ਕਰੋ ਕਿ ਤੁਹਾਨੂੰ ਹੁਣ ਨੌਕਰੀ ਤੇ ਘਰ-ਬਾਰ ਛੱਡ ਕੇ ਰੂਹ ਪੋਸ਼ ਨਹੀਂ ਹੋ ਜਾਣਾ ਚਾਹੀਦਾ ਤੁਸੀਂ ਭਾਵੇਂ ਇੱਕ ਥਾਂ ਬੈਠ ਕੇ ਸਾਡੇ ਲਈ ਸਿਮਰਨ ਕਰਦੇ ਰਹੋ ਸਾਨੂੰ ਜ਼ਿਆਦਾ ਤਸੱਲੀ ਹੋਵੇਗੀ ਉਹਨੇ ਕਿਹਾ ਕਿ ਇਹ ਸੇਵਾ ਮੇਰੇ ਪਾਗਾਂ ਵਿੱਚ ਨਹੀਂ ਹੈ ਜੋ ਕਰ ਸਕਦਾ ਹਾਂ ਉਹੀ ਕਬੂਲ ਕਰੋ ਮੈਂ ਆਖਿਆ ਕਿ ਇਹ ਤਾਂ ਸਭ ਤੋਂ ਔਕੀ ਸੇਵਾ ਏ ਤੁਸੀਂ ਸਾਨੂੰ ਵੀ ਮਿਲਦੇ ਰਹਿੰਦੇ ਹੋ ਅਤੇ ਤਸ਼ੱਦਦ ਵੀ ਸਹਿੰਦੇ ਹੋ ਉਹਨੇ ਹਲਕੀ ਜਿਹੀ ਮੁਸਕਾਨ ਨਾਲ ਕਿਹਾ ਕਿ ਮੇਰੇ ਵੱਸ ਇਹੋ ਜਿਹਾ ਢਾਂਚਾ ਬਣਾਉਣਾ ਹੈ ਜੋ ਪੰਥ ਨੂੰ ਸਮਰਪਿਤ ਹੋਵੇ ਅਤੇ ਲੋਕਾਂ ਦੀ ਅਗਵਾਈ ਕਰ ਸਕੇ ਤਾਂ ਕਾਫੀ ਚਿਰ ਅਸੀਂ ਇਹ ਗੱਲਾਂ ਕਰਦੇ ਰਹੇ ਉਹਦਾ ਮਤ ਸੀ ਕਿ ਸਾਨੂੰ ਇਹੋ ਜਿਹਾ ਆਪਣਾ ਢਾਂਚਾ ਜ਼ਰੂਰ ਤਿਆਰ ਕਰਨਾ ਚਾਹੀਦਾ ਜੋ ਸਰਕਾਰ ਉੱਤੇ ਨਿਰਭਰ ਨਾ ਹੋਵੇ ਉਹਦੀ ਰਾਏ ਸੀ ਸਰਕਾਰ ਨੇ ਚੋਣਾਂ ਦਾ ਚੋਗਾ ਫੇਰ ਸੁੱਟਣਾ ਅਤੇ ਉਹਦੇ ਜਵਾਬ ਵਿੱਚ ਸਾਨੂੰ ਪਹਿਲਾਂ ਹੀ ਕੋਈ ਤਿਆਰੀ ਕਰਨੀ ਚਾਹੀਦੀ ਹੈ ਗੱਲਾਂ ਕਰਦਿਆਂ ਕਰਦਿਆਂ ਉਹਨੇ ਦੱਸਿਆ ਕਿ ਹੁਣ ਉਸ ਨੂੰ ਵੀ ਇੰਜ ਲੱਗਦਾ ਏ ਕਿ ਉਹਦਾ ਅੰਤ ਨੇੜੇ ਆ ਰਿਹਾ ਏ ਹੁਣ ਸਰੀਰ ਵੀ ਤਸ਼ੱਦਦ ਅਤੇ ਪੀੜਾਂ ਨਾਲ ਟੁੱਟ ਗਿਆ ਏ ਉਹਦਾ ਮੰਨਣਾ ਸੀ ਕਿ ਹੁਣ ਕੁਝ ਇਹੋ ਜਿਹੇ ਪੁਲਿਸ ਅਫਸਰ ਆ ਗਏ ਨੇ ਜਿਹੜੇ ਖੁੰਖਾਰ ਦਰਿੰਦੇ ਹੋਣ ਦੇ ਨਾਲ-ਨਾਲ ਮਕਾਰ ਕਮੀਨੇ ਅਤੇ ਸ਼ੈਤਾਨ ਦੇ ਰੂਪੇ ਉਨੇ ਕੁਝ ਬੰਦਿਆਂ ਦਾ ਨਾਮ ਲਿਆ ਜਿਵੇਂ ਐਸ.ਐਚ.ਓ. सुरेंद्रਪਾਲ ਸੂਬਾ ਸਿੰਘ ਜਿਹੜਾ ਕਿ ਆਪਣੇ ਆਪ ਨੂੰ ਸੂਬਾ ਸਰਹੰਦ ਦੱਸਦਾ ਸੀ ਤਾਂ ਅਜੀਤ ਸਿੰਘ ਸੰਧੂ ਨੇ ਤਾਂ ਉਹਨੂੰ ਕਈ ਵਾਰ ਕਿਹਾ ਵੀ ਹੁਣੇ ਹੀ ਤੂੰ ਕਿਤੇ ਭੱਜ ਜਾ ਨਹੀਂ ਤਾਂ ਤੂੰ ਮਾਰਿਆ ਜਾਏਗਾ ਤਾਂ ਉਸ ਅਨੁਸਾਰ ਸਰਕਾਰ ਸਿੱਖਾਂ ਵਿੱਚੋਂ ਕਮਜ਼ੋਰ ਲਾਲਚੀ ਤੇ ਸੱਤਾ ਦੇ ਭੁੱਖੇ ਅਫਸਰਾਂ ਨੂੰ ਲੱਭ ਕੇ ਅੱਗੇ ਲੈ ਆਈ ਅਤੇ ਇਹਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਪੰਥ ਨਾਲ ਗਦਾਰੀ ਕਰਨ ਤੋਂ ਬਾਅਦ ਹੁਣ ਇਹਨਾਂ ਦੀ ਕਹਿ ਲਈਏ ਵੀ ਇਹਨਾਂ ਦੇ ਹਿੱਤ ਪੂਰੀ ਤਰ੍ਹਾਂ ਸਰਕਾਰ ਨਾਲ ਜੁੜ ਗਏ ਨੇ ਇਹਨਾਂ ਮੁਲਾਜ਼ਮਾਂ ਨੇ ਖਾੜਕੂ ਸੰਘਰਸ਼ ਦੇ ਖਾਤਮੇ ਨੂੰ ਆਪਣਾ ਪੀਚਾ ਮਿਥ ਲਿਆ ਏ ਸ਼کاری ਕੁੱਤਿਆਂ ਵਾਂਗ ਸਰਕਾਰ ਨੇ ਇਹਨਾਂ ਨੂੰ ਖੁੱਲੇ ਛੱਡ ਦਿੱਤਾ ਤਾਂ ਉਸ ਵੇਲੇ ਦੀ ਮਿਲਣੀ ਤੋਂ ਬਾਅਦ ਜਦੋਂ ਕਹਿ ਲਈਏ ਵੀ 1991 ਵਿੱਚ ਮੈਂ ਪਾਕਿਸਤਾਨ ਸੀ ਤਾਂ ਮੈਨੂੰ ਪਤਾ ਲੱਗਿਆ ਇਸ ਸੰਦੂ ਨੇ ਮਾਸਟਰ ਜੀ ਨੂੰ ਫੇਰ ਚੁੱਕ ਲਿਆ ਸੀ ਕੁਝ ਮਹੀਨੇ ਤੱਕ ਉਹਦੇ ਜਿੰਦਾ ਹੋਣ ਬਾਰੇ ਅੰਦਰੋਂ ਖਬਰਾਂ ਮਿਲਦੀਆਂ ਰਹੀਆਂ ਫੇਰ ਖਬਰਾਂ ਮਿਲਣੀਆਂ ਵੀ ਬੰਦ ਹੋ ਗਈਆਂ ਆਤਮ ਮੁਮਕਨ ਹੈ ਕਿ ਸੰਦੂ ਨੇ ਉਹਨੂੰ ਵੀ ਹਰੀਕੇ ਪੱਤਰਾਂ ਤੇ ਰੋੜ ਦਿੱਤਾ ਹੋਵੇਗਾ ਫੇਰ ਉਸ ਤੋਂ ਬਾਅਦ ਉਸ ਬਾਬਤ ਕਿਸੇ ਤੋਂ ਕੋਈ ਜੇਕਰ ਜਾਂ ਕੋਈ ਉਹਦੇ ਬਾਰੇ ਖਬਰ ਨਹੀਂ ਸੁਣੀ ਅੱਜ ਉਹਦੀ ਯਾਦ ਆਉਣ ਨਾਲ ਮਹਿਸੂਸ ਹੁੰਦਾ ਕਿ ਉਹਦਾ ਕਿਰਦਾਰ ਕਿੰਨਾ ਵੱਡਾ ਸੀ ਉਦੇ ਕੰਮਾਂ ਨੂੰ ਯਾਦ ਕਰਕੇ ਉਹਦੀ ਸ਼ਾਨਾਮਤੀ ਸ਼ਕਸ਼ੀਤ ਬਾਰੇ ਪਤਾ ਲੱਗਦਾ ਉਸ ਵਕਤ ਸਾਨੂੰ ਇਹੋ ਜਿਹੇ ਸਿੰਘ ਓਨੇ ਵੱਡੇ ਨਹੀਂ ਦਿਖਦੇ ਸਨ ਜਿੱਡੇ ਉਹ ਸਨ ਪਰ ਸਾਨੂੰ ਉਹਨਾਂ ਦੀ ਪੈਰ ਪੈਰ ਤੇ ਲੋਡ ਪੈਂਦੀ ਸੀ ਅੱਜ ਪਿੱਛੇ ਝਾਤੀ ਮਾਰਿਆਂ ਅਹਿਸਾਸ ਹੁੰਦਾ ਕਿ ਅਸਲ ਦੇ ਵਿੱਚ ਇਹੋ ਜਿਹੇ ਸਿੰਘ ਹੀ ਸੰਘਰਸ਼ ਲੜ ਰਹੇ ਸਨ ਸਾਡੇ ਨਾਂ ਤਾਂ ਜਥੇ ਬੰਦਕ ਉਹਦੇ ਆ ਜਾਂ ਦੁਸ਼ਮਣ ਉੱਤੇ ਹਮਲਾ ਕਰਨ ਦੇ ਜ਼ਿੰਮੇਵਾਰਾਂ ਵਜੋਂ ਅੱਗੇ ਆਏ ਸਨ ਤਾਂ ਇਹਨਾਂ ਸੰਗਾਂ ਨੇ ਜਿਨ੍ਹਾਂ ਨੇ ਕਦੀ ਘਰ-ਬਾਰ ਨਹੀਂ ਛੱਡਿਆ ਤੇ ਗੁਰੂ ਪਰੰਪਰਾ ਅਨੁਸਾਰ ਕਦੀ ਗੁਰੂ ਖਾਲਸਾ ਪੰਥ ਦੀ ਸੇਵਾ ਵੀ ਨਹੀਂ ਛੱਡੀ ਅਤੇ ਸਦਾ ਮੌਤ ਅਤੇ ਜੀਵਨ ਦੀ ਬੇਰੋਕਤਾ ਹਾਰ ਤੇ ਚੱਲਦੇ ਰਹੇ ਇਹਨਾਂ ਨੂੰ ਆਪਣਾ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਮਿੱਤਰਾਂ ਤੇ ਸਾਥੀਆਂ ਦਾ ਕਿੰਨਾ ਨੁਕਸਾਨ ਚੱਲਣਾ ਪਿਆ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜੋ ਆਰਥਿਕ ਨੁਕਸਾਨ ਹੋਏ ਉਹਨਾਂ ਦਾ ਤਾਂ ਲੇਖ ਹੀ ਕੀ ਹੈ ਕੀ ਹੈ ਉਹਨਾਂ ਨੇ ਜੋ ਸਰੀਰਕ ਅਤੇ ਮਾਨਸਿਕ ਪੀੜਾ ਸਹੀ ਉਹਦਾ ਵੀ ਕੀ ਜਾਂਦਾ じゃ ਇਹਨਾਂ ਸਿੰਘਾਂ ਦੇ ਨਾਂ ਸਾਡੇ ਵਾਂਗ ਕਦੀ ਅਖਬਾਰਾਂ ਵਿੱਚ ਵੀ ਨਹੀਂ ਆਏ ਤੇ ਨਾ ਹੀ ਇਹਨਾਂ ਦੀਆਂ ਸ਼ਹਾਦਤਾਂ ਦੇ ਇਸ਼ਤਿਹਾਰ ਛਪੇ ਜੋ ਕੁਝ ਲੋਕ ਇਤਿਹਾਸ ਲਿਖ ਰਹੇ ਨੇ ਉਹਨਾਂ ਨੂੰ ਇਹਨਾਂ ਬਾਰੇ ਕੋਈ ਪਤਾ ਨਹੀਂ ਕਿ ਕਿਹੋ ਜਿਹੇ ਬੰਦਿਆਂ ਦੀ ਕਿੱਡੀ ਸੇਵਾ ਹੈ ਇਸ ਕਰਕੇ ਬਹੁਤ ਮਮਕਨ ਹੈ ਕਿ ਇਹਨਾਂ ਦੇ ਨਾਂ ਇਤਿਹਾਸ ਵਿੱਚ ਨਹੀਂ ਆਉਣਗੇ ਇਨ੍ਹਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਬਿਨਾਂ ਹੋਰ ਕੋਈ ਯਾਦ ਕਰਨ ਵਾਲਾ ਵੀ ਨਹੀਂ ਹੈ ਕਿਉਂਕਿ ਕਿਸੇ ਨੂੰ ਇਹਨਾਂ ਦੇ ਕੰਮਾਂ ਅਤੇ ਕਿਰਦਾਰਾਂ ਦੇ ਮਹੱਤਵ ਦਾ ਅੰਦਾਜ਼ਾ ਨਹੀਂ ਹੈ ਇਹ ਨਾਂ ਜੋ ਹੁੰਦਿਆਂ ਹੋਇਆਂ ਵੀ ਗੁਮਨਾਮ ਨੇ ਅਸਲ ਵਿੱਚ ਇਹਨਾਂ ਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ ਇਹ ਅਮੁੱਲ ਨੇ ਮੈਂ ਇਸ ਸਿੰਘ ਦਾ ਪੂਰਾ ਨਾਂ ਨਹੀਂ ਜਾਣਦਾ ਪਰ ਮੈਂ ਘੱਟੋ-ਘੱਟ ਇਹੋ ਜਿਹੇ 14-15 ਹੋਰ ਮਰਜੀਵੜਿਆਂ ਨੂੰ ਜਾਣਦਾ ਜਿਹੜੇ ਇਸੇ ਤਰ੍ਹਾਂ ਅਮੁੱਲ ਨੇ ਉਹਨਾਂ ਦੀ ਵੀ ਇਹੋ ਕਹਾਣੀ ਹੈ ਇਹ ਮਰਜੀ ਵੜੇ ਉਸ ਵਕਤ ਹਰ ਇਲਾਕੇ ਵਿੱਚ ਸਨ ਹਰ ਜਥੇ ਵਿੱਚ ਸਨ ਇਹਨਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੋ ਸਕਦੀ ਹੈ ਪਰ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਜੋ ਲੋਕ ਇਹ ਅਸਾਵੀ ਜੰਗ ਦੀ ਸਭ ਤੋਂ ਤਕੜੀ ਅਤੇ ਨਿਰਮਲ ਧਿਰ ਸਨ ਉਹਨਾਂ ਬਾਰੇ ਅਸੀਂ ਕਿੰਨੇ ਅਣਜਾਣ ਹੀ ਆ ਇਹਨਾਂ ਦੀ ਹੋਣੀ ਹੀ ਕੁਝ ਇਸ ਤਰ੍ਹਾਂ ਲਿਖੀ ਹੋਈ ਸੀ ਇਹਨਾਂ ਦੀ ਸਿੱਖੀ ਸੇਵਕੀ ਹੀ ਕੁਝ ਇਸ ਤਰ੍ਹਾਂ ਦੀ ਸੀ ਕਿ ਇਹਨਾਂ ਨੇ ਸਾਡੀ ਸੇਵਾ ਅਤੇ ਸੰਭਾਲ ਕਰੀ ਜਾਣੀ ਸੀ ਤੇ ਨਾਲ ਨਾਲ ਹਰ ਪਲ ਪੀੜਾ ਤੇ ਤਛੱਦਤ ਵੀ ਸਹੀ ਜਾਣਾ ਸੀ ਇਹਨਾਂ ਵਿੱਚੋਂ ਬਹੁਤਿਆਂ ਦਾ ਅੰਤ ਆਕਰ ਮਾਸਟਰਜੀ ਵਾਲਾ ਹੀ ਹੋਇਆ ਕੋਈ ਤਾਂ ਕੋਈ ਦਾ ਮੁਕਾਬਲਾ ਬਣਾ ਦਿੱਤਾ ਗਿਆ ਤੇ ਕੁਝ ਹਵਾ ਵਿੱਚ ਹੀ ਏਲੋਪ ਹੋ ਗਏ ਅਤੇ ਕੁਝ ਜੋ ਬਚ ਤਾਂ ਜਰੂਰ ਗਏ ਪਰ ਕੁਝ ਸਮੇਂ ਬਾਅਦ ਤਛੱਦਤ ਅਤੇ ਪੀੜਾ ਕਰਕੇ ਬਿਮਾਰ ਹੋ ਕੇ ਚੜ੍ਹਾਈ ਕਰ ਗਏ ਉਜ ਕੋ ਹਾਲੇ ਵੀ ਉਸ ਸਮੇਂ ਦੀਆਂ ਪਿਆਰੀਆਂ ਯਾਦਾਂ ਸੰਗ ਕਿਸੇ ਨਾ ਕਿਸੇ ਤਰ੍ਹਾਂ ਜਿਉ ਰਹੇ ਨੇ ਇਹ ਅਣਦਿਸਦੇ ਪਰਬਤ ਵਰਗੇ ਲੋਕ ਸਨ ਜਿਹੜਿਆਂ ਨੇ ਸਿਰੜ ਸਬਰ ਅਤੇ ਸੇਵਾ ਦੇ ਨਾਂ ਸੇਵਾ ਨੇ ਦੁਸ਼ਮਣ ਸਾਹਮਣੇ ਅਜਿੱਤ ਰੱਖਿਆ ਇਹਨਾਂ ਨੂੰ ਅਗਾਂਹਵਾਲੀਆਂ ਜੰਗਾਂ ਵੀ ਅਜਿਹੇ ਹੀ ਕਿਰਦਾਰਾਂ ਦੇ ਸਿਰਾਂ ਤੇ ਲੜੀਆਂ ਜਾਣੀਆਂ ਨੇ ਸੋ ਗੁਰੂ ਪਿਆਰਿਓ ਇਹ ਸੀ ਸਾਖੀ ਨੰਬਰ 20 ਹਾਂਜੀ ਜਿਹੜੀ ਸੁਣਾਈ ਹੈ ਤੁਹਾਨੂੰ ਸੋ ਹੁਣ ਆਪਾਂ ਅਗਲੀ ਵੀਡੀਓ শুਨਾਵਾਂਗੇ ਤੁਹਾਨੂੰ ਉਹਦੇ ਵਿੱਚ ਆਪਾਂ ਦੋ ਤਿੰਨ ਸਾਖੀਆਂ ਇਕੱਠੀਆਂ ਪਾਵਾਂਗੇ ਕਿਉਂਕਿ ਛੋਟੇ ਛੋਟੇ ਘਟਨਾਵਾਂ ਮਾਰਿਆ ਗਈਆਂ ਹੁਣ ਤਕਰੀਬਨ ਠੀਕ ਹੈ ਜੀ ਸੋ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤੇ ਬੈੱਲ ਬਲ ਬਲ ਨੂੰ ਦਬਲਣ ਤਾਂ ਕਿ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਔਰ ਆਪਣਾ ਨਵਾਂ ਚੈਨਲ ਹੈ ਜਿਹੜਾ ਦਸ਼ਮ ਗ੍ਰੰਥ ਉਹਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਓ ਉਹਦੇ ਉੱਤੇ ਦਸ਼ਮ ਗ੍ਰੰਥ ਸਾਹਿਬ ਅਤੇ ਹੋਰ ਵੀ ਬੜੀਆਂ ਦਿਲਚਸਪ ਜਾਣਕਾਰੀਆਂ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਠੀਕ ਹੈ ਜੀ ਸੋ ਜਰੂਰ ਕਰਿਓ ਸਬਸਕ੍ਰਾਈਬਰ ਹੋ ਵੀ ਤੇ ਅੱਗੇ ਵੀ ਜਰੂਰ ਸ਼ੇਅਰ ਕਰਨਾ ਸੋ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਔਰੋਂ ਤੱਕ ਦਿਓ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੇ ਕੋਈ ਹੋਰ ਸੁਝਾਅ ਵੀ ਹੈ ਤੁਸੀਂ ਉਹ ਵੀ ਜਰੂਰ ਦੱਸਿਓ ਕਿ ਕਿੰਦਾਂ ਦੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਪਸੰਦ ਨੇ ਆਪਾਂ ਉਹਦਾਂ ਦੀ ਵੀਡੀਓ ਵੀ ਆਪਾਂ ਸ਼ੁਰੂ ਕਰਾਂਗੇ ਸਿੱਖ ਇਤਿਹਾਸ ਦਾ ਚੱਲ ਰਿਹਾ ਨਾਲ ਦੀ ਨਾਲ ਤੇ ਹੋਰ ਵੀ ਕੁਝ ਇਦਾਂ ਦੀ ਬਲੱਖਣ ਜਾਣਕਾਰੀ ਤੁਸੀਂ ਚਾਹੋ ਨੇ ਜਿਹੜੀ ਉਹ ਵੀ ਦੱਸਾਂਗੇ ਤੁਹਾਨੂੰ ਆਪਾਂ ਠੀਕ ਹੈ ਜੀ ਤੋ ਕਮੈਂਟ ਜ਼ਰੂਰ ਕਰਿਓ ਤੋ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ